ਤੁਸੀਂ ਅੱਜ ਇੱਕ ਵੈਂਡਰ ਕੋਲੋਂ ਇਹ ਪੁੱਛ ਰਹੇ ਹੋ ਕਿ ਇੰਨਾ ਆਟਾ ਕਿਉਂ ਲੱਗ ਗਿਆ ਗੁਰਪੁਰਬ ਦੇ ਦਿਹਾੜੇ ਤੇ, ਇੰਨਾ ਨਮਕ ਕਿਉਂ ਲੱਗ ਗਿਆ ਗੁਰਪੁਰਬ ਵਾਲੇ ਦਿਹਾੜੇ ਤੇ, ਇੰਨੀ ਚੀਨੀ ਕਿਉਂ ਲੱਗ ਗਈ ਗੁਰਪੁਰਬ ਵਾਲੇ ਦਿਹਾੜੇ ਤੇ? ਇਸ ਚੱਕਰ ਦੇ ਵਿੱਚ ਤੁਸੀਂ ਦੋ ਪ੍ਰਸਾਦੇ ਸੰਗਤਾਂ ਫਾਲਤੂ ਖਾ ਗਈਆਂ। ਤੁਸੀਂ ਉਸ ਵੈਂਡਰ ਦਾ ਬਿੱਲ ਰੋਕ ਦਿੱਤਾ 70-80 ਹਜ਼ਾਰ ਰੁਪਏ ਦਾ। ਕਿਉਂ ਤੁਸੀਂ ਉਹਨੂੰ ਕੀ ਕਹਿ ਕੇ ਬਿੱਲ ਰੋਕਿਆ ਕਿ ਇੰਨਾ ਆਟਾ ਕਿਉਂ ਲੱਗ ਗਿਆ? ਉਸ ਪ੍ਰੋਗਰਾਮ ਦੇ ਅੰਦਰ, ਉਸ ਪ੍ਰਕਾਸ਼ ਪੁਰਬ ਦੇ ਅੰਦਰ, ਜਿਸ ਪ੍ਰਕਾਸ਼ ਪੁਰਬ ਵਿੱਚ ਤੁਸੀਂ ਚਿੱਠੀ ਆਪ ਕੱਢੀ ਸੀਗੀ ਸੰਗਤ ਤੋਂ ਸੇਵਾ ਲੈਣ ਵਾਸਤੇ ਕਿ ਇਹ ਜਿਹੜੀ ਸੰਗਤ ਹੈ ਇਹ ਸੇਵਾ ਸੰਗਤ ਦੇਗੀ। ਆ ਜਗਦੀਪ ਸਿੰਘ ਕਾਲੋ ਜੀ, ਆ ਤੁਸੀਂ ਗੁਰਪੁਰਬ ਵਾਲੇ ਦਿਹਾੜੇ ਦਾ ਹਿਸਾਬ ਤੁਸੀਂ ਲੈ ਰਹੇ ਹੋ ਕਿ ਸੰਗਤ ਆਈ ਹੈ ਔਰ ਇਹਨਾਂ ਆਟਾ ਕਿਉਂ ਲੱਗ ਗਿਆ? ਕਦੇ ਤੁਸੀਂ ਇਹ ਹਿਸਾਬ ਲਿਆ ਕਿ ਜਿਹੜੇ ਗੱਡੀਆਂ ਤੁਸੀਂ ਮੈਂਬਰਾਂ ਨੂੰ ਦਿੱਤੀਆਂ ਹੋਈਆਂ, ਲੱਖਾਂ ਦਾ ਪੈਟਰੋਲ ਉਹਦੇ ਵਿੱਚ ਪੈ ਰਿਹਾ, ਉਹਦਾ ਹਿਸਾਬ ਲਿਆ? ਸਵੇਰ ਤੋਂ ਲੈ ਕੇ ਸ਼ਾਮ ਤੱਕ 2 ਲੱਖ ਮੈਂਬਰ ਉਹ ਲੈ ਗਿਆ, 3 ਲੱਖ ਮੈਂਬਰ ਉਹ ਲੈ ਗਿਆ, 4 ਲੱਖ ਮੈਂਬਰ ਉਹ ਲੈ ਗਿਆ, ਕਦੇ ਤੁਸੀਂ ਇਹਦਾ ਹਿਸਾਬ ਲਿਆ? ਕਦੇ ਤੁਸੀਂ ਜਾ ਕੇ ਇਹਦਾ ਹਿਸਾਬ ਲਿਆ ਕਿ ਸੰਗਤ ਦਾ ਜਿਹੜਾ ਸਟਾਫ ਦਾ PF ਜਮ੍ਹਾਂ ਕਿਉਂ ਨਹੀਂ ਹੋ ਰਿਹਾ, ਸਟਾਫ ਦੀ ਤਨਖਾਹ ਟਾਈਮ 'ਤੇ ਕਿਉਂ ਨਹੀਂ ਜਾ ਰਹੀ? ਤੁਸੀਂ ਕਦੇ ਹਿਸਾਬ ਲਿਆ ਕਿ 400 ਕਰੋੜ ਰੁਪਏ ਦੇ ਵਿੱਚ ਜੋ ਸਕੂਲ ਹੈ ਉਹ ਬਰਬਾਦ ਕਿਉਂ ਹੋ ਗਏ? ਅੱਜ ਮੈਂ ਇੱਕ ਹੋਰ ਗੱਲ ਸੰਗਤ ਦੇ ਸਾਹਮਣੇ ਰੱਖਣ ਜਾ ਰਿਹਾ। ਮੇਰੇ ਨਾਲ ਪਾਰਟੀ ਦੇ ਸੀਨੀਅਰ ਆਗੂ ਗੁਰਮੀਤ ਸਿੰਘ ਫਿਲੀਪੀਨ ਜੀ, ਉਹ ਸਾਡੇ SOI ਦੇ ਇੰਚਾਰਜ ਕਾਲਜ ਦੇ ਹਰਸਿਮਰ ਸਿੰਘ ਸੇਠੀ ਨੇ। ਸਾਹ ਸੰਗਤ ਜੀ, ਦਿੱਲੀ ਕਮੇਟੀ ਦਾ ਕੰਮ ਕੀ ਹੈ? ਐਡਮਿਨਿਸਟ੍ਰੇਸ਼ਨ ਚਲਾਉਣਾ, ਚਾਹੇ ਉਹ ਸਕੂਲਾਂ ਦਾ ਹੈ, ਚਾਹੇ ਉਹ ਗੁਰਦੁਆਰਿਆਂ ਦਾ ਹੈ, ਚਾਹੇ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਪਰ ਅੱਜ ਮੈਂ ਸਮਝਦਾ ਕਿ ਇਹਨਾਂ ਕੰਮਾਂ ਦੇ ਵਿੱਚ ਵੀ ਐਡਮਿਨਿਸਟ੍ਰੇਸ਼ਨ ਚਲਾਉਣ ਦੇ ਜਿਹੜਾ ਮੇਨ ਕੰਮ ਹੈ ਦਿੱਲੀ ਕਮੇਟੀ ਦਾ, ਉਹ ਚਲਾਉਣ ਦੇ ਵਿੱਚ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਫੇਲ ਹੋ ਚੁੱਕੀ ਹੈ। ਇਹ ਸੰਗਤ ਜੀ ਇੱਕ ਪ੍ਰੋਗਰਾਮ ਹੈ, ਮੈਂ ਕਿਸੇ ਧਾਰਮਿਕ ਪ੍ਰੋਗਰਾਮ 'ਤੇ ਕਿੰਤੂ ਪਰੰਤੂ ਨਹੀਂ ਕਰਦਾ, ਕਰਨਾ ਚਾਹੀਦਾ। ਇਹ ਇੱਕ ਪ੍ਰੋਗਰਾਮ ਕਰਾਇਆ ਗਿਆ ਸਾਧ ਸੰਗਤ ਜੀ 18-19 ਫਰਵਰੀ 2023, ਜਿਹਦੇ ਵਿੱਚ ਦਿੱਲੀ ਕਮੇਟੀ ਵੱਲੋਂ ਆਰਡਰ ਕੱਢਿਆ ਜਾਂਦਾ ਹੈ। ਲੱਖੀ ਸ਼ਾਹ ਵਜਾਰਾ ਹਾਲ ਦੇ ਵਿੱਚ ਪ੍ਰੋਗਰਾਮ ਹੁੰਦਾ, ਇਹ ਆਰਡਰ ਕੱਢਿਆ ਜਾਂਦਾ ਹੈ 1 ਲੱਖ ਰੁਪਏ ਦੇ ਬੱਸ ਭੇਜਣ ਦਾ। ਇਹ ਪਹਿਲਾਂ ਆਰਡਰ ਨਿਕਲਿਆ ਜਾਂਦਾ, ਇਹ 1 ਲੱਖ ਰੁਪਏ ਦਾ ਦਿੱਲੀ ਕਮੇਟੀ ਨੂੰ ਬਿੱਲ ਆਉਂਦਾ ਬੱਸਾਂ ਵਾਲਿਆਂ ਦਾ। ਇਸ ਪ੍ਰੋਗਰਾਮ ਤੋਂ ਬਾਅਦ ਇੱਕ ਚਿੱਠੀ ਹੋਰ ਕੱਢੀ ਜਾਂਦੀ ਹੈ, ਐਡਮਿਨਿਸਟ੍ਰੇਸ਼ਨ ਦੇਖ ਲਓ ਉਹਨਾਂ ਦਾ ਕਿੰਨਾ, ਮੈਂ ਸਮਝਦਾ ਫੇਲ ਹੋ ਚੁੱਕਾ ਹੈ। ਇਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਕਿੰਨੀਆਂ ਬੱਸਾਂ ਮੰਗਾਉਣੀਆਂ, ਬਸ 1 ਲੱਖ ਰੁਪਏ ਦਾ ਬਿੱਲ ਦਾ ਆਰਡਰ ਦਿਓ, 1 ਲੱਖ ਦਾ ਬਿੱਲ ਦਿੱਲੀ ਕਮੇਟੀ 'ਤੇ ਪਾ ਦਿਓ। ਉਸ ਪ੍ਰੋਗਰਾਮ ਤੋਂ ਬਾਅਦ ਇੱਕ ਚਿੱਠੀ ਕੱਢੀ ਜਾਂਦੀ ਹੈ, ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਕਮੇਟੀ ਦੇ ਲੈਟਰ ਹੈਡ 'ਤੇ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਤਾਂ ਸੰਗਤ ਆਈ ਕੋਈ ਨਹੀਂ, ਬੱਸਾਂ ਖਾਲੀਆਂ ਆਈਆਂ। ਮੈਂ ਸਿਰਫ ਇੰਨਾ ਸਵਾਲ ਕਰ ਰਿਹਾ ਕਿ ਅੱਜ ਜਿਹੜੇ ਉੱਥੇ ਅੱਜ ਸਾਰੀ ਚੰਡਾਲ ਚੋਪੜੀ ਇਕੱਠੀ ਹੋ ਕੇ ਬਹਿੰਦੀ ਹੈ ਸਵੇਰੇ, ਕਿ ਉਹਨਾਂ ਕੋਲ ਕੋਈ ਡਾਟਾ ਨਹੀਂ ਹੈ ਕਿ ਕਿਹੜੇ ਇਲਾਕੇ ਸੰਗਤ ਦੀ, ਸੰਗਤ ਨੂੰ ਬੱਸ ਭੇਜਣ ਦੀ ਲੋੜ ਹੈ, ਕਿਹੜੇ ਇਲਾਕੇ ਤੋਂ ਸੰਗਤ ਆਪਣੇ ਆਪ ਆ ਸਕਦੀ ਹੈ, ਕਿਸ ਇਲਾਕੇ ਤੋਂ ਬੱਸ ਦੀ ਡਿਮਾਂਡ ਆਈ ਹੈ ਇਸ ਪ੍ਰੋਗਰਾਮ ਦੇ ਅੰਦਰ ਆਉਣ ਵਾਸਤੇ? ਨਹੀਂ, ਸਿਰਫ ਕੀ ਕਰਨਾ, ਦਫ਼ਤਰ ਬੈਠੋ, ਪੈਨ ਚੁੱਕੋ ਅਤੇ ਸਾਈਨ ਕਰਕੇ ਆਰਡਰ ਕਰ ਦਿਓ, ਲੱਖਾਂ ਦਾ ਭਾਰ ਗੁਰੂ ਦੀ ਗੋਲਕ 'ਤੇ ਪਾ ਦਿਓ। ਕਿਉਂ? ਕਿਉਂਕਿ ਇਹਨਾਂ ਨੂੰ ਬਿਲਕੁਲ ਵੀ ਐਡਮਿਨਿਸਟ੍ਰੇਸ਼ਨ ਦੀ ਸਮਝ ਨਹੀਂ ਹੈ। ਅੱਜ ਇਹਨਾਂ ਦਾ ਐਡਮਿਨਿਸਟ੍ਰੇਸ਼ਨ ਇੰਨਾ ਫੇਲ ਹੋ ਚੁੱਕਾ ਸਾਧ ਸੰਗਤ ਜੀ, ਕਿ ਅੱਜ ਮੈਨੂੰ ਬੋਲਦੇ ਹੋਏ ਸ਼ਰਮ ਆਉਂਦੀ ਹੈ ਕਿ ਅੱਜ ਇਹਨਾਂ ਨੇ ਹਾਲਾਤ ਕੀ ਬਣਾ ਦਿੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਅੱਜ ਇਹਨਾਂ ਦੇ ਹਾਲਾਤ ਇਹ ਬਣਾ ਚੁੱਕੇ ਹੈ ਕਿ ਜਿਹੜੇ ਵੈਂਡਰ ਹੈ, ਜਿਹੜੇ ਕਮੇਟੀਆਂ ਨੂੰ ਸਮਾਨ ਦਿੰਦੇ ਆ ਦਿੱਲੀ ਕਮੇਟੀ ਨੂੰ, ਅੱਜ ਉਹਨਾਂ ਨੂੰ ਬਿੱਲ ਲੈਣ ਵਾਸਤੇ ਕੀ ਕੁਝ ਕਰਨਾ ਨਹੀਂ ਪੈ ਰਿਹਾ, ਤਰਲੇ ਕਰਨੇ ਪੈ ਰਹੇ, ਕਈਆਂ ਦੇ ਜੁੱਤੀਆਂ ਘਿਸ ਚੁੱਕੀਆਂ ਕਿ ਅੱਜ ਇਹ ਹਾਲਾਤ ਬਣਾ ਦਿੱਤੇ ਹੈ। ਅੱਜ ਸਾਧ ਸੰਗਤ ਜੀ, ਮੈਂ ਖਾਸ ਕਰਕੇ ਅੱਜ ਸਵਾਲ ਕਰਨਾ ਚਾਹਾਂਗਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਲੋ ਜੀ ਤੋਂ। ਤੁਸੀਂ ਅੱਜ
ਇਹ ਕੁਵੈਂਟਰ ਪੁੱਲ ਇਹ ਪੁੱਛ ਰਹੇ ਹੋ ਕਿ ਇੰਨਾ ਆਟਾ ਕਿਉਂ ਲੱਗ ਗਿਆ ਗੁਰਪੁਰਬ ਦੇ ਦਿਹਾੜੇ ਤੇ, ਇੰਨਾ ਨਮਕ ਕਿਉਂ ਲੱਗ ਗਿਆ ਗੁਰਪੁਰਬ ਵਾਲੇ ਦਿਹਾੜੇ ਤੇ, ਇੰਨੀ ਚੀਨੀ ਕਿਉਂ ਲੱਗ ਗਈ ਗੁਰਪੁਰਬ ਵਾਲੇ ਦਿਹਾੜੇ ਤੇ। ਇਸ ਚੱਕਰ ਦੇ ਵਿੱਚ ਤੁਸੀਂ ਦੋ ਪ੍ਰਸ਼ਾਦੇ ਸੰਗਤਾਂ ਫਾਲਤੂ ਖਾ ਗਈਆਂ। ਤੁਸੀਂ ਉਸ ਵੈਂਡਰ ਦਾ ਬਿੱਲ ਰੋਕ ਦਿੱਤਾ 70-80 ਹਜ਼ਾਰ ਰੁਪਏ ਦਾ। ਕਿਉਂ ਤੁਸੀਂ ਉਹਨੂੰ ਕੀ ਕਹਿ ਕੇ ਬਿੱਲ ਰੋਕਿਆ ਕਿ ਇੰਨਾ ਆਟਾ ਕਿਉਂ ਲੱਗ ਗਿਆ? ਉਸ ਪ੍ਰੋਗਰਾਮ ਦੇ ਅੰਦਰ, ਉਸ ਪ੍ਰਕਾਸ਼ ਪੁਰਬ ਦੇ ਅੰਦਰ, ਜਿਸ ਪ੍ਰਕਾਸ਼ ਪੁਰਬ ਦੀ ਤੁਸੀਂ ਚਿੱਠੀ ਆਪ ਕੱਢੀ ਸੀਗੀ ਸੰਗਤ ਤੋਂ ਸੇਵਾ ਲੈਣ ਵਾਸਤੇ ਕਿ ਇਹ ਜਿਹੜੀ ਸੰਗਤ ਹੈ ਇਹ ਸੇਵਾ ਸੰਗਤ ਦੇਗੀ। ਆਹ ਜਗਦੀਪ ਸਿੰਘ ਕਾਲੋ ਜੀ, ਆਹ ਤੁਸੀਂ ਗੁਰਪੁਰਬ ਵਾਲੇ ਦਿਹਾੜੇ ਦਾ ਹਿਸਾਬ ਤੁਸੀਂ ਲੈ ਰਹੇ ਹੋ ਕਿ ਸੰਗਤ ਆਈ ਹੈ ਔਰ ਇਹਨਾਂ ਆਟਾ ਕਿਉਂ ਲੱਗ ਗਿਆ? ਕਦੇ ਤੁਸੀਂ ਇਹ ਹਿਸਾਬ ਲਿਆ ਕਿ ਜਿਹੜੇ ਗੱਡੀਆਂ ਤੁਸੀਂ ਮੈਂਬਰਾਂ ਨੂੰ ਦਿੱਤੀਆਂ ਹੋਈਆਂ, ਲੱਖਾਂ ਦਾ ਪੈਟਰੋਲ ਉਹਦੇ ਵਿੱਚ ਪੈ ਰਿਹਾ, ਉਹਦਾ ਹਿਸਾਬ ਲਿਆ? ਸਵੇਰ ਤੋਂ ਲੈ ਕੇ ਸ਼ਾਮ ਤੱਕ 2 ਲੱਖ ਮੈਂਬਰ ਉਹ ਲੈ ਗਿਆ, 3 ਲੱਖ ਮੈਂਬਰ ਉਹ ਲੈ ਗਿਆ, 4 ਲੱਖ ਮੈਂਬਰ ਉਹ ਲੈ ਗਿਆ, ਕਦੇ ਤੁਸੀਂ ਇਹਦਾ ਹਿਸਾਬ ਲਿਆ? ਕਦੇ ਤੁਸੀਂ ਜਾ ਕੇ ਇਹਦਾ ਹਿਸਾਬ ਲਿਆ ਕਿ ਸੰਗਤ ਦਾ ਜਿਹੜਾ ਸਟਾਫ ਦਾ PF ਜਮ੍ਹਾਂ ਕਿਉਂ ਨਹੀਂ ਹੋ ਰਿਹਾ, ਸਟਾਫ ਦੀ ਤਨਖਾਹ ਟਾਈਮ 'ਤੇ ਕਿਉਂ ਨਹੀਂ ਜਾ ਰਹੀ? ਤੁਸੀਂ ਕਦੇ ਹਿਸਾਬ ਲਿਆ ਕਿ 400 ਕਰੋੜ ਰੁਪਏ ਦੇ ਵਿੱਚ ਜੋ ਸਕੂਲ ਹੈ ਉਹ ਬਰਬਾਦ ਕਿਉਂ ਹੋ ਗਏ? ਪਰ ਨਹੀਂ, ਤੁਸੀਂ ਕਾਹਦਾ ਹਿਸਾਬ ਲੈ ਰਹੇ ਹੋ ਕਿ ਗੁਰਪੁਰਬ ਵਾਲੇ ਦਿਹਾੜੇ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਹਾੜੇ ਇਹ ਜਿਹੜਾ ਪ੍ਰਸ਼ਾਦੇ ਹੈ ਉਹਦੇ ਵਿੱਚ ਆਟਾ ਵਾਧੂ ਕਿਉਂ ਲੱਗ ਗਿਆ? ਅੱਜ ਦਿੱਲੀ ਕਮੇਟੀ ਦੇ ਇਹ ਹਾਲਾਤ ਬਣ ਚੁੱਕੇ ਆ ਸਾਧ ਸੰਗਤ ਜੀ, ਕਿ ਅੱਜ ਜਿਹੜੇ ਲੋਕ ਨੇ ਉਹ ਦਿੱਲੀ ਕਮੇਟੀ ਉੱਤੇ, ਦਿੱਲੀ ਕਮੇਟੀ ਜਨਰਲ ਸਕੱਤਰ ਦੇ ਕਮਰੇ ਵਿੱਚ ਆ ਕੇ ਜਿਹੜੇ ਕਾਗਜ਼ ਨੇ ਉਹਨਾਂ ਦਾ ਸੱਟ ਕੇ ਜਾ ਰਹੇ ਆ, ਜਿਨ੍ਹਾਂ ਨੇ ਪੈਸੇ ਲੈ ਰਹੇ ਆ ਉਹ ਸੱਟ ਕੇ ਜਾ ਰਹੇ ਆ, ਕੋਈ ਡੋਰ ਦੇ ਵਿੱਚ ਖੜਾ ਹੋ ਕੇ ਗਾਲਾਂ ਕੱਢ ਰਹੇ ਆ, ਕਾਹਦੇ ਲਈ? ਉਹਨਾਂ ਦੇ ਬਿੱਲ ਲੇਟ ਹੋ ਰਹੇ ਆ, 8-8, 9-9 ਮਹੀਨੇ, 10-10 ਮਹੀਨੇ ਦੀ ਪੇਮੈਂਟਾਂ ਇਹ ਸੰਗਤ ਜੀ ਨੇ ਰੋਕ ਕੇ ਬੈਠੇ ਆ, ਔਰ ਉਹ ਜਦ ਆਉਂਦੇ ਆ ਤਾਂ ਉਹਨਾਂ ਨੂੰ ਕਹਿੰਦੇ ਅਸੀਂ ਤਾਂ ਤੁਹਾਡਾ ਬਿੱਲ ਨਹੀਂ ਦੇਖਿਆ, ਤਦ ਉਹਨਾਂ ਦਾ ਬਿੱਲ ਹਿਲਾਉਂਦੇ ਆ। ਮੈਂ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਿਣਾ ਚਾਹਾਂਗਾ ਕਿ ਅੱਜ ਜੋ ਮੇਰੇ ਕੋਲ ਖਬਰ ਆਈ ਹੈ, ਇੰਨੀ ਬੇਸ਼ਰਮ ਵਾਲੀ ਉਹ ਖਬਰ ਹੈ ਕਿ ਅੱਜ ਇੱਕ ਸਿੰਘ ਸਭਾ ਦਾ ਜਿਹੜਾ ਬਿੱਲ ਹੈ ਨਾ, ਉਹ ਵੀ ਮੈਂ ਸਮਝਣਾ ਕਦੀ ਜਿਹੜਾ ਚੈੱਕ ਹੈ, ਬਿੱਲ ਨਹੀਂ, ਜਿਹੜੇ ਬਿੱਲ ਦੇ ਚੈੱਕ ਦਿੱਤੇ ਜਾਂਦੇ ਆ ਉਹ ਵੀ ਅੱਜ ਤੱਕ ਬਾਊਂਸ ਨਹੀਂ ਹੋਇਆ ਹੋਣਾ। ਪਰ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਧ ਸੰਗਤ ਜੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੌਮ ਦੀ ਕਮੇਟੀ, ਸੰਗਤ ਦੀ ਕਮੇਟੀ, ਅੱਜ ਹਿੰਦੁਸਤਾਨ ਦੀ ਦੂਜੀ ਵੱਡੀ ਜਿਹੜੀ ਸੰਸਥਾ ਹੈ, ਉਸ ਸੰਸਥਾ ਦਾ 40,000 ਰੁਪਏ ਦਾ ਚੈੱਕ ਸਾਧ ਸੰਗਤ ਜੀ ਬਾਊਂਸ ਹੋ ਰਿਹਾ ਹੈ। ਕਿਹਦਾ? ਇੱਕ ਵੈਂਡਰ ਦਾ। ਅੱਜ ਦੇ ਹਾਲਾਤ ਦਿੱਲੀ ਕਮੇਟੀ ਦੇ ਬਣ ਚੁੱਕੇ ਆ, ਨਾ ਇਹਨਾਂ ਨੇ PF ਜਮ੍ਹਾਂ ਕਰਾਇਆ, ਨਾ ਇਹ ਸਟਾਫ ਦੀ ਤਨਖਾਹ ਦੇ ਪਾ ਰਹੇ ਹੈ, ਨਾ ਇਹ ਸਕੂਲ ਚਲਾ ਰਹੇ ਹੈ, ਨਾ ਇਹ ਸਟਾਫ ਨੂੰ ਉਹਨਾਂ ਦਾ ਬਰਦਾ ਹੱਕ ਹੈ ਉਹ ਦੇ ਪਾ ਰਹੇ ਹੈ, ਨਾ ਇਹ ਲੋਕਾਂ ਦੇ ਪੇਮੈਂਟਾਂ ਦੇ ਪਾ ਰਹੇ ਹੈ। ਮੈਂ ਦੁਬਾਰਾ ਕਹਿਣ ਨੂੰ ਕੋਈ ਗੁਰੇਜ਼ ਨਹੀਂ ਕਰਾਂਗਾ, ਦਿਲ ਨੂੰ ਦੁੱਖ ਹੁੰਦਾ, ਪਰ ਮੈਂ ਕਹਿਣ ਨੂੰ ਗੁਰੇਜ਼ ਨਹੀਂ ਕਰਾਂਗਾ ਕਿ ਇਸ ਟਾਈਮ ਮੈਨੂੰ ਲੱਗ ਰਿਹਾ ਕਿ ਦਿੱਲੀ ਕਮੇਟੀ ਦਿਵਾਲੀਆ ਘੋਸ਼ਿਤ ਹੋ ਚੁੱਕੀ ਹੈ। ਅੱਜ ਕਿੱਥੇ ਹੈ ਦਿੱਲੀ ਕਮੇਟੀ ਦਾ 10 ਕਰੋੜ ਰੁਪਏ? ਤੁਸੀਂ 12 ਸਾਲ ਤੋਂ ਸੇਵਾ ਸੰਭਾਲ ਰਹੇ ਜਗਦੀਪ ਸਿੰਘ ਕਾਲੋ ਜੀ, ਕਿੱਥੇ ਆ ਫੰਡ ਦਿੱਲੀ ਕਮੇਟੀ ਦਾ? ਕਿੱਥੇ ਗਿਆ ਫੰਡ ਦਿੱਲੀ ਕਮੇਟੀ ਦਾ? ਸਾਰੀ ਜਿਹੜੀ ਸਵੇਰੇ ਇਕੱਠੇ ਹੋ ਕੇ ਸਿਰਫ ਇੰਨਾ ਪੈਣਾ ਕਿ ਮੈਂ ਇੱਥੋਂ ਪੈਸੇ ਕਿੱਦਾਂ ਖਾ ਰਹੇ ਹਾਂ, ਇੱਧਰੋਂ ਪੈਸੇ ਕਿੱਦਾਂ ਖਾ ਰਹੇ ਹਾਂ, ਪਰ ਲੋਕਾਂ ਦੀ ਪੈਸੇ ਦੇਣ ਦੀ ਤੁਹਾਡੀ ਨੀਅਤ ਨਹੀਂ ਹੈ, ਲੋਕ ਗਾਲਾਂ ਕੱਢ ਰਹੇ ਹੈ। ਸੋ ਹਰਮੀਤ ਸਿੰਘ ਕਾਲਕਾ ਜੀ, ਜਗਦੀਪ ਸਿੰਘ ਕਾਲੋ ਜੀ, ਨਾ ਤੁਸੀਂ ਸਕੂਲ ਬਣਾਏ, ਨਾ ਤੁਸੀਂ ਕੋਈ ਕਾਲਜ ਬਣਾਏ, ਨਾ ਤੁਸੀਂ ਕੋਈ ਜਗ੍ਹਾ ਲਈ, ਇੰਨਾ ਈਵਨ ਕਿ ਤੁਸੀਂ ਇੱਕ ਸਕੂਲ ਦੇ ਅੰਦਰ 84 ਦਾ ਕਮਰਾ ਵੀ ਨਵਾਂ ਨਹੀਂ ਬਣਾਇਆ ਹੋਣਾ, ਗੇਟ ਕੀਪਰ ਦਾ ਜਿਹੜਾ ਹੁੰਦਾ ਨਾ ਉਹਦਾ ਕਮਰਾ ਵੀ ਨਵਾਂ ਨਹੀਂ ਬਣਾਇਆ ਹੋਣਾ, ਇੱਕ ਇੱਟ ਨਹੀਂ ਲਾਈ ਹੋਣੀ, ਪਰ ਇਹ ਦਿੱਲੀ ਕਮੇਟੀ ਦਾ ਖਜ਼ਾਨਾ ਖਾਲੀ ਹੈ। ਆਹ ਲੋਕ ਰੋ ਰਹੇ ਹੈ, ਪਿੱਟ ਰਹੇ ਹੈ, ਤੁਹਾਡੇ ਮੂੰਹ 'ਤੇ ਬਿੱਲ ਮਾਰ ਕੇ ਜਾ ਰਹੇ ਹੈ ਕਿ ਸਾਡੇ ਪੈਸੇ ਦੇ ਦਿਓ, ਪਰ ਤੁਸੀਂ ਤੁਹਾਡੇ ਕੰਨਾਂ 'ਤੇ ਜੂ ਤੱਕ ਨਹੀਂ ਰਹਿੰਗੇ। ਸਾਧ ਸੰਗਤ ਜੀ,
ਆ ਦੇਖ ਲਓ ਤੁਸੀਂ ਕਿਹਨਾਂ ਨੂੰ ਮੈਂਬਰ ਬਣਾ ਕੇ ਦਿੱਲੀ ਕਮੇਟੀ 'ਤੇ ਬਿਠਾਇਆ। ਅੱਜ ਇਹਨਾਂ ਨੇ ਕਸਮਾਂ ਪਾਦੀਆਂ ਕਿ ਅਸੀਂ ਦਿੱਲੀ ਕਮੇਟੀ ਦੀ ਇੰਨੀ ਬਦਨਾਮੀ ਕਰਾ ਦੇਣੀ ਹੈ ਕਿ ਸਿੱਖਾਂ ਦਾ ਵਿਸ਼ਵਾਸ ਉੱਡਦਾ ਲੋਕਾਂ ਦਿੱਲੀ ਕਮੇਟੀ ਦੇ ਉੱਤੋਂ। ਆ ਦੂਜੇ ਧਰਮ ਦੇ ਲੋਕ ਕੀ ਕਹਿਣਗੇ ਵੀਡੀਓ ਦੇਖ ਕੇ ਕਿ ਬਾਹਰ ਤੇ ਲੱਖਾਂ ਦਾ ਲੰਗਰ ਲਾਉਂਦੇ ਆ, ਲੋਕਾਂ ਨੂੰ ਆਕਸੀਜਨ ਵੰਡਦੇ ਆ, ਦਵਾਈਆਂ ਵੰਡਦੇ ਆ, ਵੱਡੀਆਂ ਵੱਡੀਆਂ ਗੱਲਾਂ ਕਰਦੇ ਆ, ਵੱਡੀਆਂ ਵੱਡੀਆਂ ਪ੍ਰੈਸ ਕਾਨਫਰੰਸਾਂ ਕਰਦੇ ਆ, ਅਸੀਂ ਇਹ ਕਰਤਾ ਅਸੀਂ ਉਹ ਕਰਤਾ, ਪਰ ਦਿੱਲੀ ਕਮੇਟੀ ਆ 40,000 ਤਾਂ ਚੈੱਕ ਬਾਊਂਸ ਹੋ ਰਿਹਾ। ਲੋਕ ਬਿੱਲ ਮੂੰਹ ਤੇ ਮਾਰ ਕੇ ਜਾ ਰਹੇ ਕਿ ਅੱਜ ਤੋਂ ਮੈਂ ਪੈਸੇ ਮੰਗਣ ਨਹੀਂ ਆਵਾਂਗਾ, ਐਡਮਿਨਿਸਟ੍ਰੇਸ਼ਨ ਤੁਹਾਡਾ ਹੀ ਚੱਲ ਰਿਹਾ, ਲੱਖਾਂ ਦੀ ਤੁਸੀਂ ਬੱਸਾਂ ਮੰਗਵਾਉਂਦੇ ਹੋ, ਉਸ ਤੋਂ ਆਰਡਰ ਕਰਦੇ ਵੀ ਇਹਦੇ ਸੰਗਤ ਆਈ ਕੋਈ ਨਹੀਂ, ਪਰ ਲੱਖਾਂ ਦੀ ਪੇਮੈਂਟ ਹੋ ਜਾਂਦੀ ਹੈ। ਸੋ ਮੈਂ ਅੱਜ ਫਿਰ ਸੰਗਤ ਨੂੰ ਜਾਗਰੂਕ ਕਰ ਰਿਹਾ ਕਿ ਇਹਨਾਂ ਨੂੰ ਪੁੱਛੋ, ਸਵਾਲ ਕਰੋ ਕਿ ਭਾਈ ਤੁਹਾਡਾ ਕੰਮ ਕੀ ਹੈ, ਤੁਸੀਂ ਕੰਮ ਕੀ ਕਰ ਰਹੇ ਹੋ, ਸਵਾਲ ਕਰੋ ਜਿੱਥੇ ਵੀ ਤੁਹਾਡੇ ਇਲਾਕੇ ਦੇ ਵਿੱਚ ਆਉਂਦੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।